ਅਖਿਲ ਭਾਰਤੀ ਹਿਊਮਨ ਰਾਈਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਧੀਆਂ ਦੀ ਲੋਹੜੀ ਬੜੀ ਧੂਮਧਾਮ ਨਾਲ ਮਨਾਈ ਗਈ। ਐਸੋਸੀਏਸ਼ਨ ਵੱਲੋਂ ਧੀਆਂ ਨੂੰ ਕੰਬਲ ਅਤੇ ਲੋਹੜੀ ਵੰਡੀ ਗਈ। ਡਿਸਟ੍ਰਿਕਟ ਪ੍ਰੈਜ਼ੀਡੈਂਟ ਡੋਲੀ ਹਾਂਡਾ ਨੇ ਕਿਹਾ ਕਿ ਕੁੜੀਆਂ ਨੂੰ ਮੁੰਡਿਆਂ ਨਾਲੋਂ ਵੱਧ ਪਿਆਰ ਕਰੋ ਕਿਉਂਕਿ ਕੁੜੀਆਂ ਸਿਰ ਦਾ ਤਾਜ ਹੁੰਦੀਆਂ ਨੇ। ਚਲੋ ਖੇਡੋ। ਮੈਂ ਡੋਲੀ ਹਾਂਡਾ, ਅਖਿਲ ਭਾਰਤੀ ਹਿਊਮਨ ਰਾਈਟਸ ਵੈਲਫੇਅਰ ਐਸੋਸੀਏਸ਼ਨ ਦੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਅੱਜ ਅਸੀਂ ਸ਼ਾਹ ਸਿਕੰਦਰ ਅੰਜੂ ਜੀ ਦੇ ਏਰੀਏ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾ ਰਹੇ ਹਾਂ। ਵੈਸੇ ਤਾਂ ਜਿਹੜਾ ਲੋਹੜੀ ਦਾ ਤਿਉਹਾਰ ਹੈ ਇਹ ਬੇਟੀਆਂ ਦੇ ਜਨਮ ਦੇ ਉੱਪਰ ਮਨਾਇਆ ਜਾਂਦਾ ਹੈ, ਪਰ ਅਸੀਂ ਰੀਤ ਨੂੰ ਤੋੜਦਿਆਂ ਹੋਇਆ ਲੋਹੜੀ ਦਾ ਤਿਉਹਾਰ ਛੋਟੀ ਛੋਟੀ ਬੱਚੀਆਂ ਜਿਹੜੀਆਂ ਨਵੀਆਂ ਜੰਮੀਆਂ ਉਹਨਾਂ ਦੇ ਨਾਲ ਮਨਾਇਆ ਹੈ। ਔਰ ਮਾਪਿਆਂ ਨੂੰ ਵੀ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਕਿਉਂ ਤੁਸੀਂ ਪੁੱਤਰਾਂ ਦੇ ਲਈ ਲੋਹੜੀ ਦਾ ਤਿਉਹਾਰ ਮਨਾਉਂਦੇ ਹੋ? ਧੀਆਂ ਕਿਸ ਲਈ ਘੱਟ ਨੇ? ਜਿਹੜੀਆਂ ਧੀ ਹੈ ਉਹ ਆਪਣੇ ਮਾਂ ਪਿਓ ਦਾ ਨਾਮ ਵੀ ਰੋਸ਼ਨ ਕਰਦੀਆਂ ਨੇ, ਸਸੁਰਾਲ ਦਾ ਨਾਮ ਵੀ ਰੋਸ਼ਨ ਕਰਦੀਆਂ ਨੇ, ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਤਾਂ ਕਿ ਵੱਡੇ ਹੋ ਕੇ ਉਹ ਤੁਹਾਡਾ ਨਾਮ ਰੋਸ਼ਨ ਕਰਨ। ਸੋ ਆਪਣੀਆਂ ਬੇਟੀਆਂ ਨੂੰ ਕਿਸੇ ਤੋਂ ਘੱਟ ਨਾ ਸਮਝੋ ਔਰ ਇਹ ਰੀਤ ਨੂੰ ਤੋੜੋ। ਅੱਜ ਅਖਿਲ ਭਾਰਤੀ ਵੱਲੋਂ ਅਸੀਂ ਛੋਟੀਆਂ 11 ਬੱਚੀਆਂ ਨੂੰ ਬਲੈਂਕਟ ਵੰਡੇ ਨੇ ਲੋਹੜੀ ਦਾ ਤਿਉਹਾਰ ਦੇ ਲਈ, ਮੂੰਗਫਲੀ ਰੇੜੀਆਂ ਦਿੱਤੀਆਂ ਨੇ। ਔਰ ਸਾਰਿਆਂ ਨੂੰ ਇੱਕ ਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ, ਭਰੂਣ ਹੱਤਿਆ ਬੰਦ ਕਰੋ, ਨਸ਼ੇ ਨੂੰ ਖਤਮ ਕਰੋ। ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਸਾਰੇ ਦੇਸ਼ ਵਾਸੀਆਂ ਨੂੰ ਲੋਹੜੀ ਦੇ ਤਿਉਹਾਰ 'ਤੇ ਬਹੁਤ ਬਹੁਤ ਵਧਾਈ। ਮੈਂ ਅੰਜੂ ਲੂੰਬਾ, ਸ਼ਾਸਕ ਪ੍ਰਧਾਨ ਅੰਜੂ ਲੂੰਬਾ, ਇਹ ਇੱਕ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਕੋਈ ਆਪਣੀ ਬੇਟੀ ਨੂੰ ਕਮਜ਼ੋਰ ਨਾ ਸਮਝੇ, ਬੇਟੀਆਂ ਨੂੰ ਪੜ੍ਹਾਓ ਲਿਖਾਓ ਅਤੇ ਉਹਨਾਂ ਨੂੰ ਇੰਨੇ ਕਾਬਿਲ ਬਣਾਓ ਕਿ ਆਪਣੇ ਪੈਰਾਂ 'ਤੇ ਸਟੈਂਡ ਹੋ ਸਕਣ, ਅਤੇ ਕਦੀ ਕਿਸੇ ਦੇ ਉਹ ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ। ਧੀਆਂ ਚਾਹੁਣ ਤਾਂ ਬਹੁਤ ਕੁਛ ਕਰ ਸਕਦੀਆਂ ਨੇ ਅਤੇ ਬਹੁਤ ਕੁਛ ਕਰ ਰਹੀਆਂ ਨੇ। ਅੱਜ ਇੱਕ ਝਾਂਸੀ ਰਾਣੀ, ਉਹ ਵੀ ਕਿਸੇ ਦੀ ਧੀ ਸੀ, ਅਤੇ ਇੱਕ ਲਕਸ਼ਮੀ ਬਾਈ ਸੀ, ਉਹ ਵੀ ਕਿਸੇ ਦੀ ਧੀ ਸੀ, ਅਤੇ ਇੱਕ ਇੰਦਰਾ ਗਾਂਧੀ ਸੀ, ਉਹ ਵੀ ਕਿਸੇ ਦੀ ਧੀ ਸੀ, ਅਤੇ ਇੰਦਰਾ ਗਾਂਧੀ ਵਾਂਗਰ, ਲਕਸ਼ਮੀ ਬਾਈ ਵਾਂਗਰ, ਸਭ ਵਾਂਗਰ ਧੀਆਂ ਇੱਦਾਂ ਬਣੋ ਕਿ ਸਾਨੂੰ ਆਪਣੇ ਦੇਸ਼ 'ਤੇ ਮਾਣ ਹੋਵੇ ਅਤੇ ਗੌਰਵ ਹੋਵੇ। ਜੈ ਹਿੰਦ, ਜੈ ਭਾਰਤ, ਜੈ ਹਿੰਦ। ਨਤਾਸ਼ਾ ਸ਼ਰਮਾ ਨਾਲ ਪਰਮਜੀਤ ਸਿੰਘ, ਦਿਵਿਆ ਪੰਜਾਬ ਟੀਵੀ, ਜਲੰਧਰ।